बखर के नाल एक जगह है कोटला जाम, कोटला कोटला जाम और नाल एक जगह है टिब्बा हबीब शाह। एक दफा बोलो टिब्बा हबीब शाह लाला। वो जेरे सैयद हैं ना सैयद, उन्होंने यकम शबान तो 15 शबान तक कराया जशन पाकों का। उस जशन दे आलिया बीबी का कसीदा, आलिया बीबी की शान, आलिया बीबी का जशन भी शामिल है। उन्होंने आखे जा करो, सैयद ने आखे जा करो, हाँ जी अजहरा जाकर आलिया बीबी का कसीदा सुरीला प्यारा महंगा मजमे ने सुना सी ना, तो नाम की खातर असा बनवा के रखे हुए ताज ताज। लिहाजा वो कसीदा पढ़े ताज पावे ते घर जावे। नकवी साहब ममनून मेरी मोहब्बत की, तुसा लंबा सफर किया कमाल है जी। चलो ठीक है जी। अच्छा जी तो ओ जनाबे आली, मैं आलिया बीबी का कसीदा शुरू किया। अजा कसीदा अद्धा रहिंदा ही, ओ सैदा ने गद्दी छोड़ दिती ते मेरे कोल इंज वेख्या दिन जग साहब हो बाकी कसीदा बाद च जेरा पढ़ चुके हो ना, पहले तुसी ए ताज पाओ ना। एक जरूरी ऐलान सुनो, पूरा दे दा पूरे दे पूरा मजमा भाई। एक ऐलान सुनो, बखर आले इस कसीदे दे इनाम च सर ए बीबी पाक दी नियाज़ है, बीबी पाक दी मुसाफरा शाम दी नियाज़ सर ममनो शुक्रिया जिंदाबाद। कमाल सोनी इब्तदा हो गई है। ओए बखर आले मैनू ताज पवावेनो ये कसीदे दे बदले ते तुसी छड़ी दाद भी ना दो, इतने हो ही नहीं सकता। इको दफा पूरा मजमा मैनू इजाजत रहो, अलामा साहब के नू भी इजाजत मांग के मैं कसीदा शुरू कर देव जी। मान वधाया नारा है दरी। ओ मैं उच्चा नारा नहीं आख्या, मैं के झिका नारा है दरी। मान वधाया धी है दर दी, मान वधाया धी, दीन बचाया धी। कमाल यार एडी रूहानियत वाला मजमा भाई, फजाइल है भाई। लो भाई सर चाओ साई, मान वधाया धी है दर दी, दीन बचाया धी है दर दी। एक गल का पूरे का पूरा मजमा मैनू जवाब देवे, जिदा अपने ना बोलन गैर बोल दिन नहीं बोलते ना, और इंज करो नहीं बोलते ना, तुसी मेरे अपने हो, तुसी ना बोलो तो गैर किवें बोले। आओ सत्ता तारे हाँ दे लिखना चाहना सुना भाई। नाम हुसैन जी है।
ਕੁਰਬਾਨੀ ਸਾਰਾ ਮਜਮਾ ਅਲੀ ਦੀ ਧੀ ਦਿਨਿਆਜ਼ ਮਿਹਰਬਾਨੀ ਨਜਾਮ ਭਾਈ ਮਮਨੂਨ ਸ਼ੁਕਰੀਆ ਸਰ ਅਲੀ ਦੀ ਧੀ ਦਿਨਿਆਜ਼ ਮੁਸਾਫਰ ਸ਼ਾਮ ਦੀ ਨਿਆਜ਼ ਅੱਲਾ ਭਾਵੇਂ ਤੁਸੀਂ ਸ਼ਾਮ ਮੰਨੋ ਜਿਨ੍ਹਾਂ ਨਿਆਜ਼ਾਂ ਦਿੱਤੀਆਂ ਤੁਸੀਂ ਸ਼ਾਮ ਮੰਨੋ ਜਿਨ੍ਹਾਂ ਨੇ ਦਿੱਤੀਆਂ ਤੁਸੀਂ ਦੋ ਤਿੰਨ ਮਹੀਨੇ ਲੇਟ ਹੋ ਜਾਓ ਭਾਈ ਮਾਣ ਵਧਾਇਆ ਧੀ ਹੈਦਰ ਦੀ ਮਾਣ ਵਧਾਇਆ ਧੀ ਇੱਕ ਦਫਾ ਹੈਦਰ ਰੱਖੋ ਮਾਣ ਵਧਾਇਆ ਧੀ ਉਹ ਚਲੋ ਹੈਦਰੀ ਬੋਲੋ ਯਾਰਾ ਮਾਣ ਵਧਾਇਆ ਧੀ ਚਲੋ ਦੀਨ ਬਚਾਇਆ ਧੀ ਇੰਝ ਰੰਗ ਲਾਇਆ ਧੀ ਇੱਕੋ ਦਫਾ ਪੂਰਾ ਮਜਮਾ ਮੇਰੇ ਪਾਸੇ ਵੇਖੇ ਮੈਨੂੰ ਮੌਲਾ ਦੀ ਕਸਮ ਹੈ ਸਾਰੇ ਦਿਨ ਦੀ ਤੇਰੀ ਥਕਾਨ ਮੈਂ ਖਤਮ ਕਰਨਾ ਚਾਹੁੰਦਾ ਇੱਥੇ ਤੇਰੇ ਹੱਥ ਵੇਖਣਾ ਚਾਹੁੰਦਾ ਮੇਰਾ ਸੋਹਣਾ ਅੱਲਾ ਤੇ ਜਿਸ ਬੰਦੇ ਦੇ ਇੱਥੇ ਹੱਥੋਂ ਮੰਨਾ ਇੱਕ ਤਾਂ ਉਹਨਾਂ ਹੱਥਾਂ 'ਤੇ ਫਾਲਜ ਨਾ ਪਵੇ ਦੂਜਾ ਇਸੇ ਸਾਲ ਉਹਦੇ ਹੱਥ ਆਲੀਆ ਬੀਬੀ ਦੇ ਰੋਜ਼ੇ ਨਾਲ ਇੰਜ ਲੱਗੇ ਲਾ ਬਈ ਸਰ ਚਾਹੋ ਮੈਂ ਸ਼ੇਰ ਪੜ੍ਹਨਾ ਤਾਂ ਇੱਥੇ ਤੁਹਾਡੇ ਹੱਥ ਵੇਖਣੇ ਨੇ ਮੈਂ ਸ਼ੇਰ ਪੜ੍ਹ ਕੇ ਤਾਂ ਤੁਹਾਡੇ ਇੱਥੇ ਹੱਥ ਵੇਖਣਾ ਸੱਤਰ ਵੱਡੀ ਹਵਾਲੇ ਕਰਨ ਦਾ ਪਿਆ ਸੁਣਾ ਬਾਈ ਘਰ ਵਿੱਚ ਵੰਨ ਕੇ ਦਿੱਤਾ ਮੈਨੂੰ ਛੇੜ ਆਈ ਤੇ ਤੈਨੂੰ ਕਿਸੇ ਨੇ ਦੱਸਿਆ ਨਾ ਛੇੜ ਮਲੰਗਾਂ ਨੂੰ ਦਿੱਤਾ ਮੈਨੂੰ ਛੇੜ ਆਈ ਇੱਕ ਮਿਹਰਬਾਨੀ ਕਰ ਮੈਂ ਉਹ ਸੱਤਰ ਪੜ੍ਹਨਾ ਚਾਹੁੰਦਾ ਜੈ ਸੱਤਰ ਤੇ ਬਖਰ ਵਾਲਿਆਂ ਨੇ ਮੈਨੂੰ ਤਾਜ ਪਵਾਇਆ ਆਖਰੀ ਸੱਤਰ ਏ ਤੇ ਉਹ ਸੱਤਰ ਤੇ ਮੈਨੂੰ ਬਖਰ ਵਾਲੇ ਤਾਜ ਪਵਾਵਣ ਮੈਨੂੰ ਕੋਈ ਲਾਲਾ ਬੈਠਣਾ ਨਹੀਂ ਨਾ ਨਾ ਬਾਈ ਇੱਥੇ ਖਲੋ ਵੇ ਇੱਕ ਸੈਕਿੰਡ ਖਲੋ ਜਾ ਇੰਜੇ ਮਜਮਹਿਲ ਪਾਸੇ ਵੇਖ ਮਜਮਹਿਲ ਪਾਸੇ ਵੇਖ ਉਹ ਸ਼ੇਰ ਪਣਾ ਜੈ ਸ਼ੇਰ ਨੇ ਮੈਨੂੰ ਤਾਜ ਪਵਾਇਆ ਬੱਖਰ ਵਾਲੇ ਤਾਜ ਪਵਾਵਣ ਤੁਸੀਂ ਇੰਜ ਕਰੋ ਇਹ ਤਮਨਾ ਸਿਮਰੇ ਆਖਰੀ ਸ਼ੇਰ ਹਵਾਲੇ ਕਰਨ ਦਾ ਮੈਂ ਸੁਣਾ ਬਾਈ ਬੇਟਾ ਜੀਓ ਮੇਰਾ ਬੇਟਾ ਮੈਂ ਬਿਸਮਿਲ ਸਹੀ ਮਿਹਰਬਾਨ ਸੀ ਮਮਨੂਨ ਮਮਨੂਨ ਸਹੀ ਇਰਫਾਨ ਮਿਹਰਬਾਨ ਦੁਬਾਰਾ ਪੜ੍ਹਾ ਫਿਰ ਪੜ੍ਹਾ ਦੁਬਾਰਾ ਪੜ੍ਹਨਾ ਬਾਈ ਅੱਛਾ ਬਾਈ ਮੈਂ ਬਿਸਮਿਲਾ ਕਰਾਂ ਬਾਣੀ ਮੇਰਾ ਅਜ਼ਰ ਭਾਈ ਹੈ ਬਲਕਿ ਮੈਂ ਆਪ ਵੀ ਬਾਣੀ ਦੀ ਹਸੀਅਤ ਚਾਹ ਮੇਰਾ ਢੇਰ ਸਾਰਾ ਤਾਲਕ ਹੈ ਤੁਹਾਨੂੰ ਪਤਾ ਮਸਕੀਨ ਮਲਕ ਜ਼ਿੰਦਾਬਾਦ ਬਾਈ ਜ਼ਿੰਦਗੀ ਦਾ ਰਾਜ ਹੋਵੇ ਅਜ਼ਰ ਭਾਈ ਨੇ ਦਿੱਤਾ ਪੰਜ ਹਜ਼ਾਰ ਪੰਜ ਹਜ਼ਾਰ ਤਾਂ ਨਹੀਂ ਪੰਜ ਕਰੋੜ ਹੈ ਮੈਂ ਕਰੋੜ ਦਾ ਜਾਗਾਂ ਅੱਛਾ ਜੇ ਤੁਸੀਂ ਕਹਿੰਦੇ ਹੋ ਮੈਂ ਦੁਬਾਰਾ ਪੜ੍ਹਾਂ ਮੈਂ ਦੁਬਾਰਾ ਪੜ੍ਹ ਸਕਦਾ ਅਗਲਾ ਸ਼ੇਰ ਮੇਰਾ ਵੀ ਤੁਸੀਂ ਮੇਰੀ ਮਰਜ਼ੀ ਦਾ ਸੁਣ ਸੋ ਇਹ ਸ਼ੇਰ ਚਲੋ ਮੈਂ ਰਿਪੀਟ ਕਰ ਦੇਣਾ ਸੁਣਾ ਬਾਈ ਦੇਖੋ ਕਾਤਲ ਦੇ ਘਰ ਜੁਰਤ ਵੇਖੋ ਕਾਤਲ ਦੇ ਘਰ ਅਲਮ ਲਵਾਇਆ ਧੀ ਉਹ ਸਾਰੇ ਬੋਲੋ ਯਾਰਾ ਅਲਮ ਲਵਾਇਆ ਧੀ ਅਲਮ ਲਵਾਇਆ ਧੀ ਨਜਾ ਬਾਈ ਠੀਕ ਹੈ ਇਹ ਗੁਜ਼ਾਰਿਸ਼ ਹੈ ਯਾਰ ਗੱਲ ਇੱਕ ਮੇਰੇ ਸਾਹਮਣੇ ਬਹੁਤ ਮਹਿੰਗੀ ਆ ਗਈ ਹੈ ਮੇਰਾ ਦਿਲ ਚਾਹੁੰਦਾ ਸੱਤਰ ਆਖਰੀ ਸ਼ੇਰ ਏ ਮੈਂ ਜਨਾਬ ਦੇ ਹੰਧ ਉੱਤੇ ਲਿਖਾਂ ਚਾ ਵੈਸੇ ਤਾਂ ਸ਼ੇਰ ਦੋ ਹਨ ਇੱਕ ਦੋ ਮੈਂ ਇੱਕ ਪੜ੍ਹਨਾ ਚਾਹੁੰਦਾ ਤਾਂ ਕਿ ਦੇਰ ਨਾ ਹੋ ਜਾਵੇ
ਦੋਵੇਂ ਪੜਨ ਅੱਛਾ ਚਲੋ ਮੈਂ 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 ਜਾਇਦਾ ਚਾਹੁੰਦਾ ਬਈ ਇਹ ਸ਼ੇਰ ਪੜਨਾ ਹੈ ਕਿ ਤੁਸੀਂ ਨਾ ਰਲ ਗਏ ਤਾਂ ਮੈਂ ਅਗਲੇ ਪੜਦੇ ਸਾਂ ਆਓ ਸਰ ਚੋ ਹਲਾਲੀਮਾ ਵਾਲੇ ਸ਼ੇਰ ਜਨਾਬ ਦੇ ਹੰਦ ਉੱਤੇ ਲਿਖਣਾ ਚਾਹਨਾ ਸੁਣਾ ਬਾਈ ਹਾਕਮ ਸ਼ਾਮ ਕੋ ਸ਼ਾਮ ਦੇ ਅੰਦਰ ਹਾਕਮ ਸ਼ਾਮ ਕੋ ਸ਼ਾਮ ਦੇ ਅੰਦਰ ਇਹ ਦਫਨਾਇਆ ਦੀ ਹੈ ਦਰ ਦੇ ਮਾਲ ਵਧਾਇਆ ਦੀ ਹੈ ਦਰ ਦੇ ਤੁਸਾਂ ਨਹੀਂ ਵੇਖਿਆ ਐ ਮੈਨੂੰ ਪਤਾ ਜੇ ਜਵੇਦ ਕੀ ਕਰਦਾ ਖਲੋਤਾ ਇੰਜ ਕਰਕੇ ਤੇ ਮੇਰਾ ਸ਼ੇਰ ਮੇਰਾ ਸ਼ੇਰ ਮੇਰਾ ਸ਼ੇਰ ਤੇ ਪੜੋ ਬੇਟਾ ਹੁਣ ਮੇਰਾ ਕਸੀਦਾ ਲਗਾ ਖਲੋਤਾ ਇੱਥੇ ਬਣਨ ਦੀ ਟੈਨਸ਼ਨ ਕੋਈ ਨਹੀਂ ਤੇ ਈ ਸ਼ੇਰ ਤੇ ਮਜਮਾ ਨਾ ਬੋਲਿਆ ਤੇਰਾ ਸਾਡਾ ਗੱਡੀ ਜੰਗ ਉਸੀ ਆ ਅੱਲਾ ਕਰੇ ਸੀ ਚੱਲ ਪੋਸੀ ਜੇ ਨਾ ਚੱਲਿਆ ਤਾਂ ਤੇਰੀ ਸਾਰੀ ਚੰਗੀ ਨੰਬਰ ਸੀ ਇਹ ਆ ਤਾਂ ਮੇਰਾ ਸ਼ੇਰ ਪੜੋ ਆ ਤੂੰ ਜਾਣ ਤੇ ਸਾਰਾ ਮਜਮਾ ਜਾਣੀ ਸ਼ੇਰ ਮੈਂ ਤੇਰੇ ਇਹਨਾਂ ਦੇ ਹਵਾਲੇ ਕਰਦਾ ਪਿਆ ਆਖਰੀ ਸ਼ੇਰ ਸੁਣਾ ਬਾਏ ਦੀਨ ਬਚਾਇਆ ਦੇ ਹੈਦਰ ਅਲਹਮਦੁਲਿਲਾਹ ਰੱਬਿਲ ਆਲਮੀਨ ਸ਼ੁਕਰੀਆ ਤੁਸੀਂ ਬਹੁਤ ਸੋਹਣਾ ਸੁਣਿਆ ਮੈਂ ਹੁਸੈਨ ਦਾ ਦਾਕਿਰ ਹਾਂ ਨਾ ਹੀ ਦਬਾ ਜਗ ਸਾਰਾ ਮਮਨੂਨ ਹਾਂ।